ਸਤਿ ਸ੍ਰੀ ਅਕਾਲ ਜੀ ਫੇਰ ਤੁਹਾਡਾ ਸਾਰਿਆਂ ਦਾ ਤੁਹਾਡੀ ਆਪਣੀ ਚੈਨਲ ਹਿੰਦ ਪੰਜਾਬ ਤੇ ਸਵਾਗਤ ਹੈ ਅੱਜ ਗੱਲ ਕਰਾਂਗੇ ਮੁੰਬਈ ਤੋਂ ਆਈ ਵਰਦੀ ਖਬਰ ਦੀ ਪਿਛਲੇ ਦਿਨਾਂ ਚ ਇੱਕ ਟੀਵੀ ਇੰਟਰਵਿਊ ਰਾਜ਼ੇ ਕਰ ਚੱਲਿਆ ਜਿਹਦੇ ਚਲਾਹਤ ਬਿਸ਼ਨੋਈ ਨੇ ਸਾਰੇ ਆਮ ਤਾਂ ਕਿ ਦਿੱਤੀ ਕਿ ਮੈਂ ਸਲਮਾਨ ਖਾਨ ਨੂੰ ਜਿਉਦਾ ਨਹੀਂ ਚੜਾਂਗਾ ਉਰਤਵਾਦ ਬੰਬਈ ਵਿੱਚ ਸਲਮਾਨ ਖਾਨ ਦੇ ਜਿੰਨੇ ਠਿਕਾਣੇ ਆ ਉਹਦਾ ਕਾਰ ਉਹਦਾ ਆਪੇ ਤੇਰਾ ਫਾਮ ਆਉਂਸ ਉਹਦੇ ਰਿਸ਼ਤੇਦਾਰਾਂ ਤੇ ਕਾਰ ਹਰ ਜਗ੍ਹਾ ਸਕਿਉਰਿਟੀ ਵਧਾ ਦਿੱਤੀ ਗਈ ਉਹਨੇ ਆਪਣੇ ਪ੍ਰਾਈਵੇਟ ਸਕਿਉਰਿਟੀ ਗਾਰਡ ਵੀ ਰੱਖੇ ਤੇ ਸਰਕਾਰੀ ਸਕਿਉਰਿਟੀ ਵੀ ਨਾਲ ਪੂਰਾ ਬਹੁਤ ਵੱਡਾ ਕਾਫਲਾ ਲੈ ਕੇ ਉਹ ਸੱਤ ਅੱਜ ਕੱਲ੍ਹ ਬਾਹਰ ਨਿਕਲਦਾ ਪਹਿਲੀ ਗੱਲ ਤਾਂ ਜ਼ਿਆਦਾ ਬਾਹਰ ਨਿਕਲਦਾ ਹੀ ਨਹੀਂ ਇਹ ਧਮਕੀਆਂ ਤੇ ਚੱਲਦੇ ਇਦੇ ਨਿਕਲਦਾ ਵੀ ਹਾਂ ਕਿ ਕਿਸ ਨੂੰ ਪਤਾ ਨਹੀਂ ਹੁੰਦਾ ਕਦੋਂ ਉਹਨੇ ਨਿਕਲਣਾ ਕਿੱਥੇ ਜਾਣਾ ਤੇ ਕਿੰਨੇ ਵਜੇ ਪਹੁੰਚਣਾ ਉਸੇ ਦੌਰਾਨ ਇੱਕ ਵੱਡੀ ਖਬਰ ਆਈ ਕਿ ਧੋ ਪੰਜਾਬੀ ਮੁੰਡੇ ਸਨਮਾਨ ਖਾਨ ਦਾ ਫਾਰਮ ਹਾਊਸ ਢੇੜਾ ਹੈਗਾ ਮੁੰਬਈ ਤੋਂ ਬਾਰ-ਬਾਰ ਪਨਵੇਲ ਕਰਜਤ ਉਹ ਏਰੀਆ ਜਿੱਥੇ ਬੜੇ ਅਮੀਰ ਲੋਕਾਂ ਦੇ ਫਾਰਮ ਹਾਊਸ ਨੇ ਸ਼ਿਰਤਨਾ ਸਪਰੀਮੋ ਬਾਲ ਤੋਂ ਅਕਰੇ ਦਾ ਫਾਰਮ ਹਾਊਸ ਵੀ ਉੱਥੇ ਹੀ ਆ तो होर बड़े लोगों के फार्म हाउस सलमान खान ने अपना एक फार्म हाउस बना के रखे जिदा नाम है अर्पिता फार्म हाउस पहला एक जमाने बहुत उत्थे जाया करता हर सैटरडे संडे दियाँ पार्टिया फंक्शन जो भी होने सारे उत्तर जी क्योंकि मुंबई जोड़ा सलमान खान का घर है वो एक कोऑपरेटिव हाउसिंग सोसायटी फ्लैट ने पता नहीं चार ने कि छ ने दस ने पता नहीं पर उतरे होर भी बहुत सारे लोग रेंदे है काटर रोड से फ्लैट वो एक गलैक्सी अपार्टमेंट एक फ्लोर है पूरा शायद उसके उपरदा भी है पूरी फैमिली उससे इक्ो जगह से रेंगे है हालांकि करके लोगों तकलीफ भी बड़ी होंगी है सारे का आना जाना निकलना तुरना फिरना चो बहुत बड़ा औखा हो जाता पर ਲੋਕ ਬਰਦਾਸ਼ਤ ਕਰਦੇ ਆ ਉਹਨਾਂ ਨੂੰ ਵੀ ਪਤਾ ਵੀ ਚਲੂ ਇੱਥੇ ਬਹਨੇ ਸਾਡੀ ਵੀ ਸਿਕਉਰਿਟੀ ਲੱਗੀ ਹੋਈ ਹੈ ਲੇਕਿਨ ਕੱਲ ਉੱਥੇ ਦੇ ਹਾ ਹੋ ਗਿਆ ਕਿ ਪੂਰੀ ਮੁੰਬਈ ਪੁਲਿਸ ਤੇ ਨਾਲ ਲੱਗਦੇ ਪਨਵੇਲ ਜ਼ਿਲ੍ਹੇ ਦੀ ਪੁਲਿਸ ਹੜਕੰਪ ਨੂੰ ਹੜਕੰਪ ਪਮਾਟ ਗਈ ਮੈਂ ਉਹ ਮਰਾਠੀ ਚ ਅੱਖਰ ਲਿਖੇ ਆਪਣੀ ਟਾळ्या ਨੇ ਹੜਕੰਪ ਪਮਾਇਆ ਉਹ ਬਹੁਤ ਲੜਦੀ ਕੋਸ਼ਿਸ਼ ਕਰ ਰਿਹਾ ਜਿਹਨੂ ਕਹਿੰਦੇ ਆਪਣਾ ਪਾੜਾ ਪੈ ਗਿਆ ਪੁਲਿਸ ਨੂੰ ਪੋਇਆ ਕੀ ਪਤਾ ਲੱਗਿਆ ਦੋ ਨੌਜਵਾਨ ਜਿਹੜੇ ਬੇਚੀ ਕਲੀ ਰਹਿਣ ਵਾਲੇ ਅਬੋਰ ਦੇ ਨੇ ਆਬੋਰ ਦੇ ਨੇੜੇ ਕੋਈ ਰਾਮਪੁਰ ਤੇ ਨਾਲ ਨਰੈਣਪੁਰਾ ਰਾਮਪੁਰਾ ਨਰੈਣਪੁਰਾ ਜਿਆ ਇਹੋ ਜਿਹੇ ਉਹਨਾਂ ਦੇ ਨਾਂ ਮਰਾਕੀ ਤੇ ਲਿਖਦੇ ਹੋਏ ਆ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਵੀਰ ਨਾ ਉਥੋਂ ਦੇ ਦੋ ਨੌਜਵਾਨ ਹਸਪਤਲ ਦੇ ਪੰਡਾ ਦੀ ਆਬਾਦੀ ਹੈ ਕੋਈ ਅਬੋਰ ਦੀ ਜਲਾ ਫਾਜ਼ਿਲ ਕਾ ਇੱਕ ਦਾ ਨਾਮ ਸ਼ੋਕਮਾਰ ਹੈ ਤੇ ਦੂਸਰੇ ਦਾ ਨਾਮ ਗੁਰਦੇਵ ਸਿੰਘ ਆਸ਼ਾ ਇਹ ਦੋਨੋਂ ਬੰਦੇ ਪੁਲਿਸ ਨੇ ਉਰੋਂ ਫੜੇ ਜਦੋਂ ਇਹ ਗੁਰਦੇਵ ਸਿੰਘ ਉਰੋਂ ਫੜੇ ਜਦੋਂ ਇਹ ਦੋਨੇ ਜਾਣੇ ਉਹ ਪਨਵੇਲ ਕਰਜਤ ਜਿਹੜਾ ਬਾਬੇ ਪੁਨਾ ਆਈ ਵੀ ਤੋਂ ਥੋੜਾ ਹਟ ਕੇ ਅੰਦਰ ਜਾ ਕੇ ਮੜੇ ਬਰਿਆਲ ਸਿੰਦਰੀ ਹਾ ਉਸ ਇਲਾਕੇ ਦੀ ਜਿੱਥੇ ਫਾਮੋਚ ਬੜਿਆ ਹੋਇਆ ਉਹਦੇ ਅੰਦਰ ਕੁਸਣ ਦੀ ਕੋਸ਼ਿਸ਼ ਕਰ ਰਹੀ ਸੀ ਸਕਿਉਰਟੀ ਵਾਲੇ ਨੇ ਇਹਨਾਂ ਨੂੰ ਫੜ ਲਿਆ ਤੇ ਫੜ ਕੇ ਪੁਲਿਸ ਨੂੰ ਇਨਫਾਰਮ ਕੀਤਾ ਪੁਲਿਸ ਨੇ ਆ ਕੇ ਦੋਨਾਂ ਨੂੰ ਫੜ ਕੇ ਠਾਰੇ ਲਾ ਗਏ ਇਨਕੁਆਰੀ ਕੀਤੀ ਕਿ ਦੋਨਾਂ ਦੀ ਬਰਾਤਰ ਬੜਾ ਕਮੀਆਂ ਪੇਸ਼ੀਆਂ ਪਾਈਆਂ ਗਈਆਂ ਜਦੋਂ ਇਹ ਪਤਾ ਲੱਗਿਆ ਕਿ ਦੋਨੋਂ ਅਬੋਰ ਦੇ ਨੇ ਤੇ ਲਾਰ ਬਿਸ਼ਨੋਈ ਵੀ ਅਬੋਰ ਦਾ ਹੈ ਤਾਂ ਪੁਲਿਸ ਦੇ ਕੰਨ ਖੜੇ ਹੋ ਗਏ ਉਹਨਾਂ ਨੂੰ ਲੱਗਿਆ ਕਿ ਕਿਤੇ ਜੋ ਇਹਨੇ ਚਿਹਰਾ ਤੋਂ ਧਮਕੀਆਂ ਮਿਲ ਰਹੀਆਂ ਸਲਮਾਨ ਖਾਨ ਨੂੰ ਕਿ ਤੈਨੂੰ ਛੱਡਣਾ ਨਹੀਂ ਇਹ ਦੋ ਬੰਦੇ ਕਿਤੇ ਰਹਿ ਕੀ ਕਰਨ ਆਏ ਆ ਇਨਕੁਆਇਰੀ ਸ਼ੁਰੂ ਹੋ ਗਈਆਂ ਪੰਜਾਬ ਪੁਲਿਸ ਨੂੰ ਟੈਲੀਫੋਨ ਖੜਕਣੇ ਸ਼ੁਰੂ ਹੋ ਗਏ ਪੁਲਿਸ ਇਹਨਾਂ ਅੱਗੇ ਪਿੰਡ ਤੱਕ ਗਈ ਹੈ ਪਰ ਮੁੰਬਈ ਪੁਲਿਸ ਕੰਮ ਬੜੇ ਤਰੀਕੇ ਨਾਲ ਕਰਦੀ ਹੈ ਉਹ ਵਿਨਾ ਮਤਲਬ ਕਿ ਤੈਨੂੰ ਕੁੱਟਣਾ ਮਾਰਨਾ ਇਹ ਉਹ ਗੋਲੀ ਚਲਾ ਬਿਨੇ ਨੂੰ ਕਾਉਂਟਰ ਕਰ ਦੇਣਾ ਇੱਥੇ ਕਿਤੇ ਦੇ ਇਹੋ ਜਿਹੇ ਹੱਥ ਆ ਹੋਇਆ ਹੁੰਦਾ ਤੇ ਸ਼ਾਇਦ ਕੁਲਤੀ ਆ ਲਿਆ ਨੇ ਉਹ ਜਦੋਂ ਕੰਦਰ ਟੱਪ ਕੇ ਅੰਦਰ ਜਾਣ ਦੀ ਕੋਸ਼ਿਸ਼ ਕਰ ਰਹੇ ਸੀ ਦੋਨੇ ਮੁੰਡੇ ਅਸ਼ੋਕ ਕੁਮਾਰ ਤੇ ਗੁਰਸੇਵਕ ਸਿੰਘ ਉਹਨਾਂ ਗੋਲੀਆਂ ਮਾਰ ਦੇਣੀ ਐਸ ਵੀ ਤੁਸੀਂ ਅੰਦਰ ਕਿਉਂ ਜਾ ਰਹੇ ਹੋ ਉਹਨਾਂ ਦੀ ਖੈਰ ਜਦੋਂ ਇਨਕੁਆਰੀ ਕੀਤੀ ਗਈ ਤਲਾਸ਼ੀ ਲਈ ਗਈ ਉਹਨਾਂ ਚ ਇੱਕ ਮੁੰਡਾ ਸ਼ੋਕਮਾਰ ਜੜਾਉ ਦੀ ਜੇਬ ਚੋਂ ਮੋਬਾਈਲ ਫੋਨ ਨਿਕਲਿਆ ਗੁਰਦੇਵ ਕੋਲੇ ਵੀ ਮੋਬਾਈਲ ਫੋਨ ਨਿਕਲਿਆ ਗੁਰਦੇਵ ਦੇ ਪਿਤਾ ਦਾ ਨਾਮ ਤੇਜਾ ਸਿੰਘ ਉਹਦੇ ਪਿਤਾ ਦਾ ਨਾਮ ਸੁਨੀ ਕੁਮਾਰ ਉਹ ਗੱਲ ਲਿਖ ਮਬਈਟ ਕੀ ਹੈ ਜਦੋਂ ਕੋਈ ਬੰਦਾ ਫੜਿਆ ਜਾਂਦਾ ਉਹਦੇ ਨਾਲ ਉਹਦਾ ਧਰਮ ਲਿਖ ਦਿੰਦੇ ਆ ਇਹ ਹੁਣ ਗੁਰਦੇਵ ਸਿੰਘ ਤੇਜਾ ਸਿੰਘ ਸਿੱਖ ਅਗੇ ਲਿਖਿਆ ਹੋਇਆ ਉਹਦੇ ਅੱਗੇ ਅਸ਼ੋਕ ਕੁਮਾਰ ਗੱਲ ਲਿਖਿਆ ਹੋਇਆ ਹੁਣ ਸ਼ਾਇਦ ਅਸ਼ੋਕ ਕੁਮਾਰ ਗੱਲ ਵੀ ਹੁੰਦੇ ਹੋਣਗੇ ਉਹ ਵੱਡੀ ਗੱਲ ਨਹੀਂ ਆ। ਤੇ ਇਹ ਦੋ ਬੰਤੇ ਫੜੇ ਜਾਂਦੇ ਆ। ਇਹਾਂ ਦੀ ਜੇਬ ਚੋਂ ਕੁਝ ਡਾਕੂਮੈਂਟ ਮਿਲਦੇ, ਕਾਗਜ਼ ਪੱਤੇ, ਟਿਕਟਾਂ ਟੋਕਾਂ। ਪਤਾ ਲੱਗਿਆ ਕਿ ਪਹਿਲੀ ਤਰੀਕ ਨੂੰ ਮੁੰਬਈ ਪਹੁੰਚੇ ਸੀ। ਮੁੰਬਈ ਪਹੁੰਚ ਕੇ ਇਹਾਂ ਨੇ ਫਿਲਮ ਸਟਾਰਾਂ ਦੇ ਦਫ਼ਤਰ ਦੇਖਣੇ, ਘਰ ਦੇਖਣੇ ਸ਼ੁਰੂ ਕੀਤੇ। ਸਭ ਤੋਂ ਪਹਿਲਾਂ ਜਾਬਿਆ ਸਲਮਾਨ ਖਾਨ ਦੇ ਘਰੇ ਬੈਠ ਰਜੜਾ ਸੀ ਫਿਰ ਇੱਕਦਮ ਸਮੁੰਦਰ ਦੇ ਕਿਨਾਰੇ ਤੇ ਬਣਿਆ ਬੜਾ ਪੁਰਾਣਾ ਘਰ ਹੈ ਉੱਥੇ ਰਹਾ ਸਾਰਾ ਟੱਬਰ ਉਹ ਦੇਖਣ ਜਾਂਦੇ ਆ ਉਹਦੇ ਨਾਲ ਸ਼ਾਹਰੋਖਾਨ ਦਾ ਘਰ ਹੈ ਉਹ ਵੀ ਦੇਖਣ ਜਾਂਦੇ ਆ ਤੇ ਇਸ ਤਰ੍ਹਾਂ ਤਿੰਨ ਚਾਰ ਐਕਟਰਾਂ ਦੇ ਘਰ ਘਰ ਦੇਖ ਕੇ ਇਹਨਾਂ ਦਾ ਇਹ ਕਹਿਣਾ ਜੋ ਉਹਨਾਂ ਨੇ ਬਿਆਨ ਦਿੱਤੀ ਕਿ ਤੇਜੀ ਐਕਟਰਾਂ ਦੇ ਘਰ ਦੇਖਣ ਆਏ ਸੀ ਪਰ ਜਦੋਂ ਉਹਨਾਂ ਨੇ ਮੋਬਾਈਲ ਫੋਨ ਦੀ ਜਾਂਚ ਕੀਤੀ ਗਈ ਉਹਦੇ ਚ ਦੋ ਨਕਲੀ ਆਧਾਰ ਕਾਰਡ ਮਿਲੇ ਨਕਲੀ ਇਸ ਕਰਕੇ ਕਿ ਅਸ਼ੋਕ ਕਮਾਰ ਨੇ ਆਪਣਾ ਨਾਮ ਕੁਝ ਹੋਰ ਲਿਖ ਕੇ ਉਹਦੇ ਤੇ ਫੋਟੋ ਆਪਣੀ ਲਾ ਕੇ ਆਈ ਕਰ ਮੋਬਾਈਲ ਤੇ ਬਣਾ ਲਿਆ ਉਹਨੇ ਐਪ ਤੇ ਨਕਲੀ ਨਾ 70 ਆਦਮੀਆ ਮੋਬਾਈਲ ਦੇ ਉੱਤੇ ਇੱਕ ਨਵਾਂ ਆਧਾਰ ਕਾਰਡ ਕ੍ਰੀਏਟ ਕਰ ਲਿਆ ਕੀਤਾ ਕਿਉਂ ਕਿਉਂਕਿ ਜਦੋਂ ਪਹਿਲੀ ਤਰੀਕ ਨੂੰ ਮੁੰਬਈ ਪਹੁੰਚੇ ਤੇ ਇੱਕ ਰਾਤ ਕੱਟਣ ਲਈ ਜਦੋਂ ਇਹ ਕਿਸੇ ਗੈਸਟ ਹਾਊਸ ਤੇ ਗਏ ਉਹਨਾਂ ਨੇ ਚਾਹੀਦੀ ਆਧਾਰ ਕਾਰਡ ਦਿਓ ਇਹ ਆਪਣੇ ਅਸਲੀ ਆਧਾਰ ਕਾਰਡ ਦੇਣੇ ਨਹੀਂ ਸੀ ਚਾਹੁੰਦੇ ਜਾਂ ਬਣੇ ਨਹੀਂ ਸੀ ਤਾਂ ਕੀ ਕਾਰਨ ਸੀ ਇਹ ਉਥੋਂ ਨਿਕਲੇ ਆਏ ਬਾਹਰ ਆ ਕੇ ਕਿਸੇ ਸੜਕ ਦੇ ਕਿਨਾਰੇ ਖੜੇ ਹੋ ਕੇ ਇਹਨਾਂ ਨੇ ਮੋਬਾਈਲ ਤੇ ਨਕਲੀ ਆਧਾਰ ਕਾਰਡ ਬਣਾ ਲਿਆ ਕਿਸੇ ਹੋਰ ਦਾ ਆਧਾਰ ਕਾਰਡ ਉਹਦੇ ਨਾਲ ਉਹ ਚੇਂਜ ਕਰਕੇ ਕਰਕੇ ਫੋਟੋ ਖਿੱਚ ਕੇ ਉਹਨੂੰ ਫੇਰ ਫੀਡ ਕਰਕੇ ਆਹ ਹੈ ਗਾਦੀ ਮੋਬਾਈਲ ਤੇ ਮਰੇਦਾਰ ਕਰਦੀ ਫੋਟੋ ਹੈਗੀ ਲੈ ਲਓ ਉਹ ਬਣਾ ਕੇ ਇੱਕ ਦੂਸਰੇ ਗੈਸਟ ਹਾਊਸ ਤੇ ਜਾਂਦੇ ਆ ਮੋਰੀਵਲੀ ਦੇ ਮੋਰੀਵਲੀ ਇੱਕ ਕਲਾ ਕਾਜ ਤੇ ਫਿਲਮ ਸਟੂਡੀਓ ਵੀ ਹੈਗਾ ਫਿਲਮ ਫਿਟੀ ਅਜਿਥੇ ਬਹੁਤ ਫਿਲਮਾਂ ਦੀ ਸ਼ੂਟਿੰਗ ਹੁੰਦੀ ਹੈ ਗੋਰੇगांव ਫਿਲਮ ਸਿਟੀ ਗੋਰੇगांव ਨੂੰ ਕਹਿੰਦੇ ਪਰ ਮੋਰੀਵਲੀ ਤੋਂ ਵੀ ਜਾ ਜਾ ਸਕਦਾ ਗੋਰੇगांव ਤੋਂ ਵੀ ਜਾਂਦੇ ਆ ਤੇ ਬੜਾ ਕਰਾਊਡਡ ਹੋਰ ਆ ਬੜਾ ਭੀੜ ਭਾਲ ਵਾਲਾ ਇਲਾਕਾ ਦੂਸਰੇ ਗੈਸਟ ਹਾਊਸ ਜਾਂਦੇ ਉਥੇ ਉਹ ਨਕਲੀ ਆਧਾਰ ਕਾਰਡ ਦਿਖਾ ਕੇ ਇੱਕ ਕਮਰਾ ਬੁੱਕ ਕਰ ਲੈਂਦੇ ਤੇ ਇਸ ਤਰ੍ਹਾਂ ਰੋਜ਼ ਤਿੰਨ ਚਾਰ ਦੇ ਨੇ ਇਧਰ ਉਧਰ ਸ਼ਿਫਟ ਕਰਦੇ ਰਹੇ ਕਦੇ ਕਿਸੇ ਗੈਸਟ ਹਾਊਸ ਕਦੇ ਕਿਸੇ ਗੈਸਟ ਹਾਊਸ ਤੇ ਉਹ ਨਕਲੀ ਆਧਾਰ ਕਾਰਡ ਦਿਖਾ ਕੇ ਇਹਨਾਂ ਨੇ ਐਂਟਰੀ ਲੈ ਲੈਣੀ ਅਗਲੇ ਨੇ ਵੀ ਕਿਨੇ ਆਣੇ ਆ ਜੀ ਵੀਰ 21 22 ਸਾਲ ਦੀ ਉਮਰ ਤੋਂ ਨਾਲੀ ਉਹ ਵੀ ਪਤਾ ਨਹੀਂ ਉਹਦਾ ਆਰ ਕਾਰਡ ਤੇ ਲਿਖਿਆ ਸੀ ਕਿੰਨੀ ਹੋਣੀ ਇਹ ਬਾਤ ਪਤਾ ਲੱਗਣਾ ਉਸ ਤੋਂ ਬਾਅਦ ਇਹ ਮੁੰਬਈ ਦਰਸਨ ਤੇ ਨਿਕਲਦੇ ਆ ਤੇ ਸਭ ਤੋਂ ਜ਼ਿਆਦਾ ਇਹ ਕੋਈਆਂ ਲੋਕਾਂ ਤੋਂ ਪੁੱਛਦੇ ਜਿਹੜੀਆਂ ਪੁਲਿਸ ਨੇ ਉਹਨਾਂ ਗੈਸਟ ਹਾਊਸ ਦੇ ਮਲਾਜ਼ਮਾਂ ਨੂੰ ਪੁੱਛਿਆ ਕਿ ਤੁਹਾਡੇ ਨਾਲ ਕੀ ਗੱਲਬਾਤ ਕਰਦੇ ਸੀ ਉਹਨਾਂ ਨੇ ਕਹਿ ਜਿਓ ਪੁੱਛਦੇ ਸੀ ਸਲਮਾਨ ਖਾਨ ਦਾ ਘਰ ਕਿੱਥੇ ਹੈ ਉਹ ਤੁਹਾਨੂੰ ਪੁੱਛਦੇ ਸੀ ਸਮਝਾਤਾ ਵੀ ਉਹ ਤੇ ਹੈਗਾ ਸਾਨੂੰ ਕੀ ਪਤਾ ਬੜੇ ਲੋਕ ਹੁੰਦੇ ਜਿਹੜੇ ਰਕਰ ਜਾਂਦੇ ਦੇਖਣ ਜਾਂਦੇ ਨਾ ਸਲਮਾਨ ਖਾਨ ਕਈ ਵਾਰੀ ਬਾਲਕਨੀ 'ਚ ਖੜਾ ਹੋ ਕੇ ਹੱਥ ਆਲਾ ਦੇ ਦਤਾ ਤੇ ਲੋਕ ਦੇਖ ਲੈਂਦੇ ਆ ਅਸੀਂ ਵੀ ਦੱਸਤਾ ਉਹਦੋਂ ਵਕ ਇੱਕ ਜਣਾ ਚੌਥਾ ਅਗਸਟ ਹਾਊਸ 'ਚ ਜਿੱਥੇ ਆਖਰੀ ਰਾਤ ਠਹਿਰੇ ਸੀ ਬੜੇ ਜਾਰ ਤੋਂ ਪਹਿਲਾਂ ਉੱਥੇ ਜਾ ਕੇ ਇਹਨਾਂ ਨੇ ਪੁੱਛਿਆ ਵੀ ਅਸੀਂ ਉੱਥੇ 2-3 ਵਾਰੀ ਜਾਇਆ ਪਰ ਸਲਮਾਨ ਖਾਨ ਨਜ਼ਰ ਨਹੀਂ ਆਇਆ ਉੱਤਾਰੇ ਕਿਤੇ ਮਲਾਜਮ ਨੇ ਦੱਸਤਾ ਕਿ ਉਹਦਾ ਇੱਕ ਘਰ ਮਾਉਜ਼ਾ ਕਰਜੇ ਦੇ ਨੇੜੇ ਪਨਵੇਲ ਡਿਸਟ੍ਰਿਕਟ ਉੱਤੇ ਜਾਓ ਉਹ ਛੁੱਟੀਆਂ ਤੋਂ ਉੱਤੇ ਚਲਾ ਜਾਂਦਾ ਉਹ ਤਾਂ ਜੀ ਸ਼ੂਟਿੰਗ ਨਾ ਹੋਵੇ ਤਾਂ ਇਹ ਜੀ ਪੂਰਾ ਦੇ ਕੋਲ ਸਾਮ ਦਿਕੇ ਉਹ ਆਪਣੇ ਮੋਬਾਈਲ ਤੇ ਉਹ ਐਡਰੈਸ ਫੀਡ ਕਰਕੇ ਉਹ ਲੋਕੇਸ਼ਨ ਫੀਡ ਕਰਕੇ ਇਹ ਕਿਸੇ ਤਰ੍ਹਾਂ ਬੱਤਾ ਬੱਤਾ ਫੜ ਕੇ ਆਟੋ ਰਿਕਸ਼ਾ ਫੜ ਕੇ ਪਹੁੰਚ ਜਾਂਦੇ ਲੋਕੇਸ਼ਨ ਦੇ ਫਾਗੋ ਉਹਤੇ ਦੇਖਿਆ ਬਹੁਤ ਟੁੱਟੀਆਂ ਕੰਦਾ ਸਕਿਉਰਟੀ ਬੜੀ ਟਾਈਟ ਆ ਇਹ ਗੇਟ ਕੋਲੇ ਜਾ ਕੇ ਦੇਖਣ ਦੀ ਕੋਸ਼ਿਸ਼ ਕਰਦੇ ਆ ਉਹ ਆਖ ਮੈਨ ਭਜਾ ਦਿੰਦਾ ਇਹ ਜਾਓ ਇੱਥੇ ਕੋਈ ਨਹੀਂ ਉਹ ਕਹਿੰਦੇ ਇੱਥੇ ਸਲਮਾਨ ਖਾਨ ਨੂੰ ਮਿਲਦਾ ਉਹ ਕਹਿੰਦੇ ਇੱਥੇ ਨਹੀਂ ਆ ਉਹ ਮਾਰ ਗਿਆ ਹੋਇਆ ਇੱਥੇ ਨਹੀਂ ਆਇਆ ਇਹ ਦੂਜੇ ਪਾਸੇ ਧਾਰ ਕੇ ਕਦਰਾਖਤ ਸੀਗਾ ਕਾਂਦੇ ਨਾਲ ਦਰਖਤ ਤੇ ਚੱਲ ਜਾਂਦੇ ਆ ਉਹ ਡਰਾਫਟ ਦੇ ਚੜੇ ਉੱਚਾ ਹੋ ਗਿਆ ਤੇ ਅੰਦਰ ਜਿਹੜੇ ਸਕਿਉਰਟੀ ਵਾਲੇ ਸੀ ਉਹਨਾਂ ਨੇ ਦੇਖ ਲਿਆ ਕਿ ਡਰਾਫਟ ਤੇ ਦੋ ਬੰਦੇ ਚੜੇ ਹੋਏ ਆ ਉਹਨਾਂ ਨੇ ਆਲਾਰਮ ਕਰਤਾ ਤੇ ਜਿਹੜੀ ਪੁਲਿਸ ਸਕਿਉਰਟੀ ਨਾਲ ਰੂਮ ਚ ਬੈਠੀ ਸੀ ਉਹ ਆਉਂਦੇ ਆ ਕਿ ਭੱਜ ਕੇ ਇਹਨਾਂ ਨੂੰ ਦੋਨਾਂ ਨੂੰ ਫੜ ਲੈਂਦੇ ਫੜ ਕੇ ਇਹਨਾਂ ਨੂੰ ਪਹਿਲਾਂ ਆ ਪੁੱਛ ਪੜਤਾਲ ਕਰ ਦਈਏ ਤੇ ਫਿਰ ਪੁਲਿਸ ਨੂੰ ਇਨਫਾਰਮ ਕਰ ਦਿੰਦੇ ਕਿਉਂਕਿ ਪੁਲਿਸ ਤੀਆਂ ਸਟ੍ਰਿਕਟ ਇਨਸਟਰਕਸ਼ਨ ਦਿੱਤੀਆਂ ਹੋਈਆਂ ਦਾ ਨੂੰ ਕੋਈ ਵੀ ਅਣਜਾਣ ਆਦਮੀ ਸੰਦੇਖਤ ਆਦਮੀ ਜਿਹੜਾ ਸਫਟਕਟਰ ਲਕੇ ਉਹਨੂੰ ਤੁਸੀਂ ਕੁਝ ਨਹੀਂ ਕਹਿਣਾ ਉਹ ਫੜ ਕੇ ਸਾਡੇ ਹਵਾਲੇ ਕਰਨਾ ਆ ਆਪਣਾ ਕਿਤੇ ਕੁੱਟਣ ਮਾਰਨ ਲੱਗ ਜਿਓ ਕਿਤੇ ਬੇਇਨਸਾਫੀ ਹੋ ਜਾਂਦੀ ਹੈ ਕਹਿੰਦੇ ਪੁਲੀਸ ਵਾਲਿਆਂ ਨੇ ਗਾਲ ਨਹੀਂ ਫੜ ਕੇ ਲੋਕਲ ਪੁਲਿਸ ਨੂੰ ਪਾਮ ਕੀਤਾ ਤੇ ਅਵਿਸਰਪਾਟ ਕੇ ਇਹਨਾਂ ਨੂੰ ਕਟੀਚ ਬਿਠਾ ਕੇ ਟਾਲੇ ਲਾਇਆ ਉਹਦੇ ਪੁੱਛ ਪੜਤਾਲ ਕਰਨ ਤੋਂ ਬਾਅਦ ਜਦੋਂ ਪਤਾ ਲੱਗਿਆ ਕਿ ਬਾਰ-ਬਾਰ सलमान खान ਨੂੰ ਮਿਲਣ ਦੀ ਕਿਉਂ ਗੱਲ ਕਰਦੇ ਸੀ ਪੁਲਿਸ ਨੂੰ ਸ਼ੱਕ ਹੋ ਗਿਆ ਉਹਨਾਂ ਨੇ ਕੇਸ ਰਜਿਸਟਰ ਕਰਕੇ ਕਿਉਂਕਿ ਉੱਥੇ ਮੁੰਬਈ ਤੇ ਕਰਵਾਜ ਹੈ ਵੀ ਤੁਸੀਂ ਇੱਕ ਅੱਧਾ ਦਿਨ ਤਾਂ ਬੰਦਾ ਆਪਣੇ ਕੋਲੇ ਰੱਖ ਸਕਦੇ ਹੋ ਪਰ ਤੂੰ ਜ਼ਿਆਦਾ ਰਿਸਕ ਨਹੀਂ ਲੈੰਪੇ ਕਿਤੇ ਉਹ ਆਰਬੀਐਸ ਕੋਪਸ ਪੁਲੇਸ਼ਨ ਆਉ ਦੇ ਕੋchnaਉ ਦੇ ਉਹਨਾਂ ਨੇ ਕੇਸ ਰਜਿਸਟਰ ਕੀਤਾ ਉਹਦੇ ਨਾਲ ਉਹ ਅਰੇਕਟ ਕਰਕੇ ਉਹਨਾਂ ਦੀ ਹੁਣ ਜਾਣ ਪਛਾਨ ਜਾਣ ਮੈਂ ਹੁਣ ਆ ਦੇਖ ਰਿਹਾ ਤੇ ਅੱਜ ਸ਼ਾਮ ਨੂੰ ਪੁਲਿਸ ਦਾ ਇੱਕ ਹੈਲਟ ਆਇਆ ਉਹਦੇ ਚੁਣਾ ਨੇ ਕਿਹਾ ਕਿ ਇਹ ਦੋਨੇ ਬੰਦੇ ਜਿਹੜੇ ਨੇ ਉਹ ਮਰਾਠੀ ਚ ਆ ਇਹ ਕਹਿੰਦੇ ਜੀ ਘੁੰਮਣ ਪਰਣਾ ਇਹਨਾਂ ਨੇ ਕਿਹਾ ਕਿ ਅਸੀਂ ਮੁੰਬਈ ਘੁੰਮਣ ਪਰਣ ਗਏ ਸੀ ਏ ਹੁਣ ਕਹਿੰਦੇ ਐਕ ਇਤਫਾਕ ਹੈ ਕਿ ਲਾਰੈਂਸ ਬਿਸ਼ਨੋਈ ਵੀ ਅਬੋਰਦਾ ਹੈ ਕਿ ਅਸੀਂ ਵੀ ਅਬੋਰਦੇ ਆਂ ਅਨਾਲੇ ਵੀ ਕਹਿੰਦੇ ਐ ਕਿ ਸਾਡਾ ਘਰਦਿਆਂ ਨਾਲ ਕੋਈ ਝਗੜਾ ਹੋ ਗਿਆ ਸੀ ਮਾਰਾ ਮੋਟਾ ਉਹ ਝਗੜੇ ਤੋਂ ਬਚਣ ਲਈ ਅਸੀਂ ਪੈਸੇ ਪੁੱਤੇ ਇਕੱਠੇ ਕਰਕੇ ਯਾਰਾਂ ਦੋਸਤਾਂ ਤੋਂ ਅਸੀਂ ਮੁੰਬਈ ਆ ਗਏ ਕਿ ਮੁੰਬਈ ਘੁੰਮੀ ਹੁਣ ਤੁਸੀਂ ਦੱਸੋ ਵੀ ਘਰਦਿਆਂ ਨਾਲ ਲੜ ਕੇ ਯਾਰਾਂ ਦੋਸਤਾਂ ਕੋਲੋਂ ਪੈਸੇ ਮੰਗ ਕੇ ਇਕੱਠੇ ਕਰਕੇ ਕੋਈ ਮੋਬਾਈਲ ਕੋ ਬਣ ਜਾਂਦਾ ਮਦਦ ਜਾਂਦਾ ਆਪਣੇ ਰੇਕਟਰਦਾਰਾਂ ਕੋਲ ਕਿਤੇ ਪਤਾ ਹੀ ਨਹੀਂ ਕੱਲ ਨੂੰ ਸਮਝਾ ਤਾ ਹੋ ਜਾਣਾ ਇਹ ਤੁਸੀਂ ਮੋਬਾਈਲ ਦੇ ਨਕਲੀ ਆਧਾਰ ਕਾਰਡ ਬਣਾ ਰਹੇ ਹੋ ਇਹ ਪਲੀਟ ਨੂੰ ਇਸ ਕੱਲ ਦਾ ਸ਼ੰਕਾ ਹੁਣ ਲੇਟੈਸਟ ਤੇ ਆਇਆ ਮੈਂ ਮੋਬਾਈਲ ਆਪਣੇ ਫੋਨਸ ਨਾਲ ਚੈੱਕ ਕੀਤਾ ਉਹਨਾਂ ਨੇ ਪੰਜਾਬ ਪੁਲਿਸ ਨੂੰ ਕਿਹਾ ਕਿ ਇਹਨਾਂ ਦੇ ਐਡਰੈਕਸ ਬਗਾਰਾ ਤਾਰੇ ਵੇਰੀਫਾਈ ਕਰਕੇ ਸਾਨੂੰ ਦੱਸੋ ਇਹਨਾਂ ਦੀ ਬੈਕਗ੍ਰਾਉਂਡ ਦੱਸੋ ਕਿ ਉਹ ਹੁਣ ਜਦੋਂ ਪੰਜਾਬ ਪੁਲਿਸ ਆਪਣੀ ਰਿਪੋਰਟ ਭੇਜੂਗੀ ਕੱਲ ਪਰਸ ਨੂੰ ਇੱਕ ਤੋਂ ਦੋ ਦਿਨ ਤੱਕ ਹੋਵੇ ਉਦੋਂ ਬਾਅਦ ਫਿਰ ਉਹ ਆਪਣਾ ਅਗਲਾ ਐਕਸ਼ਨ ਲੈਣਗੇ ਫਿਲਹਾਲ ਆਲੇ ਤੇ ਐ ਵੀ ਕਰੇ ਕੋਈ ਤੇ ਭਰੇ ਕੋਈ ਧਮਕੀਆਂ ਤਾਂ ਲਾਰਿਟ ਬੈਸਟ ਹੋਈ ਨਹੀਂ ਦਿੱਤੀਆਂ ਇਹ ਦੋ ਬੰਦੇ ਜਿਨ੍ਹਾਂ ਦੀ ਗੱਲ ਸੱਚ ਮੰਨ ਲਈਏ ਕਿ ਘਰੋਂ ਲੜਕੇ ਨਾਰਾਜ਼ ਹੋ ਕੇ रामपुर नारायणपुरा ਤੋਂ ਗਏ ਮਾ ਭਈ ਉਹ ਸਲਮਾਨ ਖਾਨ ਨੂੰ ਦਿ ਲੋ 14 ਦੇ ਆਉਣਗੇ 팬 ਹੋਣਗੇ ਉਹਦੇ ਪਰ ਪੁਲਤ ਨੇ ਔਰ ਲੋਕਾਂ ਨੇ ਦੂਸਰਾ ਪੱਖ ਲੈਣਾ ਕਿ ਇਹ ਰਕੀ ਕਰਨ ਆਏ ਹੋਣੇ ਇਹ ਜਿਹੜੇ ਸਿੱਧੇ ਜੇ ਬਣਦੇ ਆ ਇਹਨੇ ਸਿੱਧੇ ਹੈ ਨਹੀਂਗੇ ਮumbai ਪਲੇਟ ਤੇ ਐਸਪੀਡੀ ਸਟੇਟਮੈਂਟ ਮਿਲ ਕੋ ਆ ਗਈ ਪਰ ਅਨਪੋਰਚਿਊਨੇਟਲੀ ਉਹ ਵੀ ਮਰਾਠੀ ਚ ਹੈ ਉਹ ਕਹਿੰਦਾ ਦੇਖਣ ਨੂੰ ਭਾਵੇਂ ਸਿੱਧੇ ਲੱਗਦੇ ਹੋਣੇ ਪਰ ਮਰਾਠੀ ਚ ਉਹਨੇ ਅਲਰਜ ਕੀ ਤਿਪਰਤ ਕਾਉਨਤ ਉਹ ਕਹਿੰਦਾ ਪਰ ਜੋ ਇਹਨਾਂ ਨੇ ਇਹਨਾਂ ਦਾ ਜੋ ਤਰੀਕਾ ਹੈ ਸਿੱਧੇ ਸਾਦੇ ਲੋਕ ਮੁੰਬਈ ਤੋਂ ਮਾ ਪੰਜਾਬ ਤੋਂ ਆ ਕੇ ਬੋਰ ਤੋਂ ਮੁੰਬਈ ਆ ਵੀ ਜਾਂਦੇ ਆ ਉਹਨਾਂ ਨੂੰ ਲੋਕੀ ਪਤਾ ਵੀ ਇਹ ਲੋਕ ਚ ਰਹਿਣਾ ਆਤੀ ਉਹ ਦੋਵਾਂ ਦਾ ਆਧਾਰ ਕਾਰਡ ਨਕਲੀ ਬਣਾਉਦੇ ਆ ਔਰ ਦੋਨਾਂ ਦੇ ਆਧਾਰ ਕਾਰਡ ਤੇ ਫੋਟੋ ਇੱਕੋ ਲਗੀ ਹੈ ਜੋ ਕੁਮਾਰ ਦੀ ਗੁਰਤੇਜ ਦੀ ਫੋਟੋ ਐ ਨਹੀਂ ਕਿ ਮਜ਼ੇਦਾਰ ਗੱਲ ਇਹ ਆ ਦੋ ਆਧਾਰ ਕਾਰਡ ਬਣਾਏ ਲੇਕਿਨ ਦੋਨਾਂ ਦੀ ਫੋਟੋ ਇੱਕੋ ਹੀ ਆ ਨਾ ਡਾਡਾ ਹੁਣ ਪੁਲਿਸ ਨੂੰ ਇਸ ਗੱਲ ਤੇ ਸ਼ੱਕ ਹੋ ਰਿਹਾ ਕਿ ਜੇ ਇਹ ਇੰਨੇ ਸਿੱਧੇ ਹੁੰਦੇ ਤਾਂ ਇਹਨਾਂ ਨੇ ਆਧਾਰ ਕਾਰਡ ਕਿਵੇਂ ਮੋਬਾਈਲ ਫੋਨ ਤੇ ਬਣਾ ਲੇ ਉਹ ਤੇ ਸੇਵ ਕਰਕੇ ਦਿਖਾ ਦਿੰਦੇ ਆ ਔਰ ਦੋਨੋਂ ਆਧਾਰ ਕਾਰਡ ਤੇ ਨਾਮ ਐਡਰੈਸ ਸਾਡਾ ਡਾ ਫੋਟੋ ਇੱਕੋ ਲੱਗੀ ਆ ਜੋ ਕਮਾਰ ਦੀ ਇਹਦਾ ਮਤਲਬ ਕੀ ਉਹ ਸ਼ੱਕ ਜਿਆਦਾ ਗੁਰਚੇ ਵਿੱਚ ਟਿੰਕ ਕਰ ਰਹਾ ਆ ਕਿ ਇਹ ਕਿਤੇ ਲਾਰਜ ਬਿਸ਼ਨੂਈ ਦਾ ਆਦਮੀ ਨਾ ਹੋਵੇ ਹੁਣ ਜਦੋਂ ਪੰਜਾਬ ਪੁਲਿਸ ਸੈਨਾ ਨੂੰ ਕੋਈ ਕਲੀਨ ਚੈਟ ਦੇਊਗੀ ਜਾਂ ਇਹ ਆਪ ਹੀ ਕੋਈ ਇਹਨਾਂ ਦੇ ਮਾਪਿਓ ਜਾਂ ਹੋਰ ਰਿਸ਼ਤੇਦਾਰ ਪਹੁੰਚ ਜਾਣ ਪਤਾ ਤਲਾਸ਼ੀ ਗਿਆ ਉਹਨਾਂ ਨੂੰ ਮੋਬਾਈਲ ਤੋਂ ਨਾ ਕੋਲੇ ਆ ਹੈਗੇ ਪੈਸੇ ਵੀ ਇੱਥੇ ਕਾਤੇ ਸੀ ਨਾ ਕੋਲੇ ਐਨੇ ਜਨ ਬਬਈ ਕਿਰਾਣਾ ਸਰਵਾਇ ਕੰਨਾ ਬਹੁਤ ਔਖਾ ਹੁੰਦਾ ਪਰ ਵੇਲ ਜਿੱਥੇ ਫਾਰਮ ਹਾਉਸ ਤੋਂ ਆਉਂਣ ਜਾਣ ਕੀ ਇਹਨਾਂ ਦੇ 1.5 ਤੋਂ 2000 ਰੁਪਇਆ ਖਰਚ ਹੋ ਗਿਆ ਹੁਣ ਉੱਥੇ ਗੈਸਟ ਹਾਉਸ ਵੀ ਬੜੇ ਮਹਿੰਗੇ ਆ ਖਾਣਾ ਪੀਣਾ ਵੀ ਮਹਿੰਗਾ ਤੇ ਐਵੇਂ ਜਨਾ ਤੋਂ ਉੱਥੇ ਰਹਿ ਰਹਿਆ ਇਹ ਫਲੀਟ ਨੂੰ ਸ਼ੱਕ ਹੈ ਵੀ ਇਹ ਘਮਲਤ ਨਾਲੀ ਗੱਲ ਨਹੀਂ ਇਹ ਕੋਈ ਗੇਟਬੋਲ ਫੀੜੀਆਂ ਦੇਖਣ ਨਹੀਂ ਗਏ ਕੋਈ ਜੋ ਵੀਰ ਕੋ ਮੜ ਨਹੀਂ ਗਏ ਪੰਜਾਬ ਤੋਂ ਆਏ ਇਸਰ ਵਿੱਚ ਦਰਦੇ ਘਰ ਨਹੀਂ ਗਏ ਕਿਤੇ ਹੋਰ ਪੰਜਾਬੀ ਹੀਰੋ ਨੂੰ ਉਹਦਾ ਘਰ ਦੇਖਣ ਨਹੀਂ ਗਏ ਕਿ ਸਲਮਾਨ ਖਾਨ ਤੇ ਕਿਉਂ ਕਨਸੈਂਟਰੇਟ ਕੀਤਾ ਇਹਨਾਂ ਨੇ ਇਹ ਬੜੀਆਂ ਗੱਲਾਂ ਪੁਲਿਸ ਵਾਲੇ ਸੋਚਦੇ ਆ ਬਹੁਤ ਦੂਰ ਦੀਆਂ ਖैर ਇੱਕ ਦੋ ਦਿਨਾਂ ਚ ਪਤਾ ਲ ਲੂਗਾ ਕਿ ਇਹਨਾਂ ਦੀ ਬੈਕਗ੍ਰਾਉਂਡ ਕੀ ਸੀ ਕਿ ਵਾਕਈ ਵਿਚਾਰੇ ਸ਼ੇਪ ਆਦਮੀ ਮੁੰਡੇ ਇੱਕੋ ਲੜਕੇ ਭੱਜ ਕੇ ਤੇ ਪਰੇ ਗਏ ਸਲਮਾਨ ਖਾਨ ਨੂੰ ਮਿਲਣਾ ਚਾਹਦੇ ਹੋਣਗੇ ਸ਼ਾਇਦ ਇਹ ਵੀ ਹੋ ਸਕਦਾ ਜੋ ਪੰਜਾਬ ਚ ਨਾ ਚਰਚਾ ਚੱਲ ਰਿਹਾ ਹੋ ਇੰਟਰਵਿਊਸ ਹੋਆ ਇਹਨਾਂ ਲੱਗਿਆ ਹੋਣਾ ਕਿ ਦੇਖ ਕੇ ਤਾਂ ਆਈਏ ਕਿ ਸਲਮਾਨ ਖਾਨ ਹੈ ਕਿੱਥੇ ਰਹਦਾ ਕਿਵੇਂ ਰਹਿੰਦਾ ਜਿਹਨੂੰ ਮਾਰਦੀਆਂ ਗੱਲਾਂ ਹੋ ਰਹੀਆਂ ਇਹਨਾਂ ਰੌਲਾ ਪਿਆ ਹੋਇਆ ਕੁਝ ਵੀ ਹੋ ਸਕਦਾ ਪਰ ਮੁੰਬਈ ਪਲੀਜ਼ ਬੜੇ ਤਰੀਕੇ ਨਾਲ ਟਾਈਮ ਲੈ ਕੇ ਆਮਕਾਰ ਦੀ ਕਿ ਹੁਣ ਦੇਖਣਾ ਹੋਊਗਾ ਇੱਕ ਹਫਤੇ ਦਾ ਰਿਮਾਰਕ ਉਹਨਾਂ ਦਾ ਬਿਲਿਆ ਹੋਇਆ ਉਹਦੇ ਅੰਦਰਾਂ ਪੁਲਿਸ ਕੀ ਆਪਣੀ ਰਿਪੋਰਟ ਦੇਦੀ ਹੈ ਤੇ ਫਾਈਨਲ ਜੂ ਵੀ ਆਏਗਾ ਤੁਹਾਡੇ ਨਾਲ ਜੂਨ ਸਾਂਝਾ ਕਰਾਂਗੇ ਉਦੋਂ ਤੱਕ ਤੁਹਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ